ਵਾਰਨਿੰਗ ਦੇਖੀ ਸੀ ਨਾ ਉਦੋਂ ਅਸੀਂ ਇੱਕ ਅਲੱਗ ਹਨੀ ਮੱਟੂ ਦੇਖਿਆ ਸੀ ਔਰ ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਐ ਸੀ ਕਿ ਯੈਸ ਇਹ ਮੁੰਡਾ ਕੁਛ ਵੱਖਰਾ ਕਰੂਗਾ ਸਿਨੇਮੇ ਲਈ ਕੁਛ ਵੱਖਰਾ ਦਊਗਾ ਔਰ ਇਹ ਪੋਸਟਰ ਦੇਖਣ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਮੀਡੀਆ ਪਰਸਨਸ ਨੂੰ ਬਹੁਤ ਖੁਸ਼ੀ ਹੋਈ ਕਿ ਹਾਂ ਯੈਸ ਉਹ ਜਿਹੜੀ ਸਟਰਗਲ ਸੀਗੀ ਨਾ ਹੁਣ ਉਹ ਭਾਗ ਲਾ ਰਹੀ ਹੈਗੀ ਜਿਵੇਂ ਮੈਂ ਆਪਣੀ ਗੱਲ ਕਰਾਂ ਕਿ ਯਾਰ ਮੈਨੂੰ ਟਾਈਮ ਨਹੀਂ ਮਿਲ ਰਿਹਾ ਯਾਰ ਮੈਨੂੰ ਮੌਕਾ ਨਹੀਂ ਮਿਲ ਰਿਹਾ ਇਸ ਲਾਈਨ ਦੇ ਵਿੱਚ ਅਤੇ ਮੈਂ ਇਹੀ ਸੋਚਦਾ ਕੋਈ ਗੱਲ ਨਹੀਂ ਅੱਜ ਨਹੀਂ ਅਤੇ ਕੱਲ੍ਹ ਬਣ ਜਾਏਗੀ ਗੱਲ ਕੋਈ ਚੱਕਰ ਨਹੀਂ ਲੱਗੇ ਨਿਰਾਸ਼ਾ ਨਹੀਂ ਲੈਣੀ ਜਦੋਂ ਤੁਸੀਂ ਨਿਰਾਸ਼ ਹੋ ਜਾਂਦੇ ਹੋ ਟੁੱਟ ਜਾਂਦੇ ਹੋ ਫਿਰ ਔਖਾ ਹੋ ਜਾਂਦਾ ਕੰਮ ਬਸ ਲੱਗੇ ਰਹੋ ਗੱਲ ਕਰੀਏ ਆਪਣੀ ਇੰਡਸਟਰੀ ਦੀ ਕੋਈ ਕਰੈਕਟਰ ਬੰਦਾ ਪਲੇ ਕਰਦਾ ਚਾਹੇ ਉਹ ਕੌਮਿਕ ਹੈ ਚਾਹੇ ਉਹ ਵਿਲਨ ਵਾਲਾ ਅਤੇ ਆਪਾਂ ਵੀ ਕਹਿੰਦੇ ਆਪਾਂ ਕਹਿਣਾ ਸ਼ੁਰੂ ਕਰਦੇ ਨਹੀਂ ਉਹ ਕੌਮੇਡੀ ਕਰਦਾ ਨਹੀਂ ਨਹੀਂ ਉਹ ਵਿਲਨ ਹੀ ਕਰਦਾ ਕਿਤੇ ਨਾ ਕਿਤੇ ਆਪਾਂ ਵੀ ਉਹ ਚੀਜ਼ ਨੂੰ ਕਹਿ ਦਿੰਦੇ ਵੀ ਉਹ ਚੀਜ਼ ਦਾ ਨਾਮ ਦੇ ਦਿੰਦੇ ਹਾਲਾਂਕਿ ਉਹ ਕਹਿੰਦਾ ਕਿ ਯਾਰ ਮੈਂ ਇਕੱਲਾ ਇਹ ਨਹੀਂ ਕਰ ਸਕਦਾ ਮੈਂ ਬਹੁਤ ਕੁਛ ਕਰ ਸਕਦਾ ਮੈਂ ਹੋਰ ਵੀ ਕੁਛ ਕਰ ਸਕਦਾ ਜਾਂ ਮੇਰੇ ਕੋਲ ਗਲਤੀ ਨਾ ਆ ਗਿਆ ਠੀਕ ਹੈ ਲੀਵ ਕਰੋ ਇਹਨੂੰ ਅੱਗੇ ਵੇਖਾਂਗੇ ਕਿਉਂ ਮੋਰਨਿੰਗ ਵਾਲੇ ਕਿਰਦਾਰ ਦੀ ਗੱਲ ਕਰੀਏ ਜਾਂ ਫਿਰ ਆ ਜਾਣੀ ਮੈਕਸੀਕੋ ਚੱਲੀਏ ਵਿੱਚ ਕਿਰਦਾਰ ਦੀਆਂ ਐਨਕਾਂ ਲਾ ਲੈ ਬਈ ਤੂੰ ਐਨਕਾਂ ਨਾਲ ਲਾਈ ਔਰ ਲੋਕਾਂ ਨੂੰ ਮਤਲਬ ਕਿੱਦਾਂ ਉਸ ਕਿਰਦਾਰ ਦੇ ਵਿੱਚ ਤੁਸੀਂ ਢਾਲ ਲਿਆ ਕਿ ਹਾਂ ਲੋਕ ਉਡੀਕ ਕਰਦੇ ਸੀਗੇ ਕਿ ਹਨੀ ਮੱਟੂ ਹੁਣ ਬੋਲੂਗਾ ਤੇ ਸਾਡੇ ਚਿਹਰਿਆਂ ਦੇ ਉੱਪਰ ਸਮਾਈਲ ਆਏਗੀ ਕਿਉਂਕਿ ਆ ਜਾ ਮੈਕਸੀਕੋ ਚੱਲੀਏ ਬਹੁਤ ਸੀਰੀਅਸ ਫਿਲਮ ਸੀ ਤੁਸੀਂ ਆਪਣੇ ਆਮ ਜ਼ਿੰਦਗੀ 'ਚ ਵੀ ਵੇਖਿਆ ਹੋਣਾ ਵਾ ਕਿ ਕਈ ਵਾਰੀ ਬੰਦਾ ਡਿਸੀਜਨ ਲੈ ਲੈਂਦਾ ਸੋਚ ਲੈਂਦਾ ਕਿ ਮੈਂ ਇੱਦਾਂ ਕਰਨਾ ਉਹ ਕਰਨ ਤੋਂ ਬਾਅਦ ਫਿਰ ਸੋਚਦਾ ਵੀ ਯਾਰ ਮੈਨੂੰ ਨਹੀਂ ਕਰਨਾ ਚਾਹੀਦਾ ਪਰ ਤੁਹਾਡੇ ਆਲੇ ਦੁਆਲੇ ਵਾਲੇ ਤੁਹਾਡੇ ਨਾਲ ਥੱਪਾ ਲਾ ਦਿੰਦੇ ਨਹੀਂ ਨਹੀਂ ਇਹ ਉਹੀ ਹੈ ਯਾਰ ਇਹਨੇ ਉਹ ਕੀਤਾ ਹੈ ਯਾਰ ਇਹ ਚੋਰ ਆ ਯਾਰ ਉਹ ਕਹਿੰਦਾ ਵੀਰ ਮੈਂ ਮੇਰੇ ਕੋਲ ਗਲਤੀ ਨਾ ਹੋ ਗਈ ਮੈਂ ਨਹੀਂ ਕੀਤੀ ਯਾਰ ਮੈਂ ਨਹੀਂ ਕਰਨਾ ਚਾਹੁੰਦਾ ਹੋ ਗਈ ਪਰ ਉਹ ਤੁਹਾਨੂੰ ਬਾਰ ਬਾਰ ਰਿਪੀਟ ਕਰਾਈ ਜਾਂਦੀ ਨਹੀਂ ਨਹੀਂ ਤੂੰ ਉਹੀ ਤੂੰ ਉਹੀ ਕੁਛ ਨਾ ਕੁਛ ਸਾਡੀ ਕਹਾਣੀ ਉੱਦਾਂ ਦੀ ਵੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗਾਇਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੇਸੀ ਚੈਨਲ ਤੇ ਵੈਬ ਸੀਰੀਜ਼ ਆ ਰਹੀ ਹੈ ਗੋਲੀ ਔਰ ਵੈਬ ਸੀਰੀਜ਼ ਦੀ ਗੱਲ ਹੋਵੇ ਹਨੀ ਮੱਟੂ ਨਾਲ ਕਿਦਾਂ ਗੱਲ ਨਹੀਂ ਹੋ ਸਕਦੀ ਬਹੁਤ ਬਹੁਤ ਸਵਾਗਤ ਹੈ ਹਨੀ ਤੁਹਾਡਾ ਦੇਸੀ ਚੈਨਲ ਤੇ ਥੈਂਕ ਯੂ ਜੀ ਥੈਂਕ ਯੂ ਕਿੱਦਾਂ ਚੱਲ ਰਹੀ ਹੈ ਜ਼ਿੰਦਗੀ ਕਿਉਂਕਿ ਵੈਬ ਸੀਰੀਜ਼ ਆ ਰਹੀਆਂ ਫਿਲਮਸ ਆ ਰਹੀਆਂ ਨੇ ਔਰ ਮੈਂ ਇੱਕ ਚੀਜ਼ ਬੜੀ ਡੀਪਲੀ ਓਬਜ਼ਰਵ ਕੀਤੀ ਕਿਸੇ ਵੀ ਚੀਜ਼ ਦਾ ਕਿਸੇ ਵੀ ਕਰੈਕਟਰ ਦਾ ਦੂਸਰੇ ਕਰੈਕਟਰ ਨਾਲ ਕੋਈ ਮੇਲ ਨਹੀਂ ਹੈਗਾ ਅਸੀਂ ਹਨੀ ਨੂੰ ਹਰ ਵਾਰ ਅਲੱਗ ਕਿਰਦਾਰ ਨਿਭਾਉਂਦੇ ਦੇਖਦੇ ਹਾਂ ਉਹ ਹਸਾਉਂਦਾ ਵੀ ਹੈ ਉਹ ਰਵਾਉਂਦਾ ਵੀ ਹੈ ਉਹ ਵਿਲਨ ਵੀ ਹੈ ਉਹ ਹੀਰੋ ਵੀ ਹੈ ਥੈਂਕ ਯੂ ਜੀ ਥੈਂਕ ਯੂ ਤੁਸੀਂ ਇੰਨੀਆਂ ਚੀਜ਼ਾਂ ਕਹਿਤੀਆਂ ਮੈਂ ਆਪ ਸੋਚਣ ਲੱਗ ਗਿਆ ਜੀ ਕਿਉਂਕਿ ਜਦੋਂ ਵਾਰਨਿੰਗ ਆਈ ਹੈ ਨਾ ਜਦੋਂ ਮੈਂ ਪਹਿਲੀ ਵਾਰੀ ਦੇਖਿਆ ਕਿ ਚਮਚ ਨਾਲ ਵੀ ਬੰਦਾ ਮਾਰ ਜਾਂਦਾ ਔਰ ਉਸ ਉਸ ਕਿਰਦਾਰ ਨੇ ਹਨੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਬਦਲਾਵ ਲਿਆਂਦਾ ਅੱਜ ਲੋਕ ਹਨੀ ਮੱਟੂ ਨੂੰ ਜਾਣਦੇ ਆ ਵਾਰਨਿੰਗ ਵਾਲਾ ਉਹ ਇਨਸਾਨ ਜਿਹਨੇ ਚਮਚ ਮਾਰ ਕੇ ਬੰਦਾ ਮਾਰ ਜੀ ਜੀ ਇਹ ਬਿਲਕੁਲ ਸੱਚ ਹੈ ਜੀ ਉਹ ਮੇਰੀ ਜ਼ਿੰਦਗੀ ਦਾ ਵੱਡਾ ਟਰਨਿੰਗ ਪੁਆਇੰਟ ਸੀਗਾ ਇਸ ਲਾਈਨ ਨੂੰ ਲੈ ਕੇ ਕਿ ਮੈਨੂੰ ਹਜੇ ਤੱਕ ਜਿੰਨਾ ਵੀ ਦੇਖਿਆ ਜਿਹੜੇ ਕਿਰਦਾਰਾਂ 'ਚ ਦੇਖਿਆ ਗਿਆ ਹਸਾਉਂਦੇ ਹੀ ਦੇਖਿਆ ਗਿਆ ਸੀਗਾ ਉਹ ਅੱਡ ਕਿਰਦਾਰ ਸੀਗਾ ਕਿਉਂਕਿ ਆਡੀਅੰਸ ਨੂੰ ਜਾਂ ਕਿਸੇ ਨੂੰ ਇਹ ਚੀਜ਼ ਪਤਾ ਨਹੀਂ ਸੀਗੀ ਕਿ ਇਹ ਚਾਹ ਫੜਾਉਣ ਆਇਆ ਬੰਦਾ ਅਤੇ ਕੁਛ ਐਵੇਂ ਦਾ ਕਰ ਜਾਏਗਾ ਉਹ ਮੇਰੇ ਲਈ ਵੀ ਵੱਡੀ ਗੱਲ ਸੀਗੀ ਹਨੀ ਕਿਤੇ ਨਾ ਕਿਤੇ ਡਾਇਰੈਕਟਰਸ ਜਾਂ ਰਾਈਟਰਸ ਨੂੰ ਵੀ ਲੱਗਦਾ ਕਿ ਹਨੀ ਜਿਹਨੂੰ ਹਨੀ ਨੂੰ ਜਿਹੜਾ ਕਿਰਦਾਰ ਦੇਵਾਂਗੇ ਉਹਦੇ 'ਚ ਡੁੱਬ ਜਾਊਗਾ ਜਾਂ ਵਾਰਨਿੰਗ ਵਾਲੇ ਕਿਰਦਾਰ ਦੀ ਗੱਲ ਕਰੀਏ ਜਾਂ ਫਿਰ ਆ ਜਾਣੀ ਮੈਕਸੀਕੋ ਚੱਲੀਏ ਵਿੱਚ ਕਿਰਦਾਰ ਦੀਆਂ ਐਨਕਾਂ ਲਾ ਲੈ ਬਈ ਤੂੰ ਐਨਕਾਂ ਨਾਲ ਲਾਈ ਔਰ ਲੋਕਾਂ ਨੂੰ ਮਤਲਬ ਕਿੱਦਾਂ ਉਸ ਕਿਰਦਾਰ ਦੇ ਵਿੱਚ ਤੁਸੀਂ ਢਾਲ ਲਿਆ ਕਿ ਹਾਂ ਲੋਕ ਉਡੀਕ ਕਰਦੇ ਸੀਗੇ ਕਿ ਹਨੀ ਮੱਟੂ ਹੁਣ ਬੋਲੂਗਾ ਤੇ ਸਾਡੇ ਚਿਹਰਿਆਂ ਦੇ ਉੱਪਰ ਸਮਾਈਲ ਆਏਗੀ ਕਿਉਂਕਿ ਆ ਜਾ ਮੈਕਸੀਕੋ ਚੱਲੀ ਬਹੁਤ ਸੀਰੀਅਸ ਫਿਲਮ ਸੀ ਜੀ 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 ਬਿਲਕੁਲ ਜੀ ਇਹ ਤਾਂ ਸਾਡੇ ਡਾਇਰੈਕਟਰ ਸਾਹਿਬ ਦਾ ਵਿਜ਼ਨ ਹੈ ਰਾਈਟਰਸ ਦਾ ਵਿਜ਼ਨ ਹੈ ਕਿ ਅਸੀਂ ਹਨੀ ਕੋਲੋਂ ਇੱਦਾਂ ਦਾ ਕੁਛ ਕਰਵਾ ਲਵਾਂਗੇ ਅਤੇ ਮੈਨੂੰ ਵੀ ਇਹੀ ਹੁੰਦਾ ਕਿ ਪਹਿਲਾਂ ਡਾਇਰੈਕਟਰ ਦੀ ਕੋਲ ਉਹ ਕੀ ਚਾਹੁੰਦੇ ਨੇ ਰਾਈਟਰ ਕੀ ਚਾਹੁੰਦਾ ਅਤੇ ਜੋ ਉਹ ਚਾਹੁੰਦੇ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਦਾ 10% ਵੀ ਕਰ ਪਾਵਾਂ ਬਸ ਉਹ ਕੋਸ਼ਿਸ਼ ਜਾਰੀ ਹੈ ਉਹ ਕਰਦੇ ਰਹੇ ਹਾਂ ਅਤੇ ਕਰਦੇ ਰਵਾਂਗੇ ਹਾਂਜੀ ਜਿੱਦਾਂ ਜਿੱਦਾਂ ਸਿਨੇਮੇ ਦੀ ਗਰੋਥ ਹੋਈ ਹੈ ਉੱਦਾਂ ਹੀ ਥੀਏਟਰ ਆਰਟਿਸਟ ਨੂੰ ਬਹੁਤ ਜ਼ਿਆਦਾ ਹਾਈਪ ਮਿਲਣੀ ਸ਼ੁਰੂ ਹੋਈ ਹੈ ਪਹਿਲਾਂ ਜੇ ਆਪਾਂ 10 ਸਾਲ ਪਹਿਲਾਂ ਦੀ ਗੱਲ ਕਰੀਏ 7-8 ਸਾਲ ਦੀ ਗੱਲ ਕਰੀਏ ਉਦੋਂ ਥੀਏਟਰ ਆਰਟਿਸਟ ਵੱਲ ਜ਼ਿਆਦਾ ਤਵੱਜੋ ਨਹੀਂ ਦਿੱਤਾ ਜਾਂਦਾ ਸੀਗਾ ਉਹ ਇਹ ਕਹਿੰਦੇ ਸੀਗੇ ਕਿ ਅਸੀਂ ਥੀਏਟਰ ਆਰਟਿਸਟ ਹਾਂ ਅਸੀਂ ਚੰਗੇ ਐਕਟਰ ਹਾਂ ਲੇਕਿਨ ਸਾਨੂੰ ਉਹ ਇੱਜ਼ਤ ਉਹ ਰਿਸਪੈਕਟ ਔਰ ਉਹ ਉੱਦਾਂ ਦਾ ਕੰਟੈਂਟ ਕਰਨ ਨੂੰ ਜਾਂ ਕੰਮ ਕਰਨ ਨੂੰ ਨਹੀਂ ਮਿਲਦਾ ਜੋ ਹੁਣ ਮਿਲ ਰਿਹਾ ਹੈਗਾ ਤੁਸੀਂ ਇਸ ਤਰੀਕੇ ਨੂੰ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਤੁਸੀਂ ਵੀ ਥੀਏਟਰ ਆਰਟਿਸਟ ਰਹੇ ਹੋ ਔਰ ਤੁਹਾਡੀ ਜਰਨੀ ਵੀ ਜਿਹੜੀ ਹੈਗੀ ਬਹੁਤ ਸਟਰਗਲਿੰਗ ਰਹੀ ਜੀ 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 ਬਿਲਕੁਲ ਜੀ ਸਾਡੇ ਥੀਏਟਰ ਆਰਟਿਸਟਾਂ 'ਚ ਇਹ ਚੀਜ਼ ਜ਼ਰੂਰ ਅਜੇ ਵੀ ਹੈਗੀ ਗੱਲ ਕਿ ਸਾਨੂੰ ਮੌਕਾ ਨਹੀਂ ਮਿਲ ਰਿਹਾ ਪਰ ਇਹ ਗੱਲ ਨਹੀਂ ਹੈ ਕਿ ਮੌਕਾ ਕਿਉਂ ਨਹੀਂ ਮਿਲ ਰਿਹਾ ਜਾਂ ਮਿਲ ਨਹੀਂ ਰਿਹਾ ਗੱਲ ਇਹ ਹੈ ਕਿ ਮਿਲੂਗਾ ਪੇਸ਼ੈਂਸ ਬੜੇ ਜ਼ਰੂਰੀ ਸਬਰ ਬੜਾ ਜ਼ਰੂਰੀ ਹੈ ਤੁਹਾਨੂੰ ਲੱਗੇ ਰਹਿਣਾ ਚਾਹੀਦਾ ਅੱਜ ਨਹੀਂ ਤਾਂ ਕੱਲ੍ਹ ਵਾਰੀ ਹੁੰਦੀ ਹੈ ਜੇ ਥੀਏਟਰ ਦੀ ਗੱਲ ਕਰੀਏ ਤਾਂ ਸਾਡੀ ਪੰਜਾਬੀ ਇੰਡਸਟਰੀ 'ਚ ਕਾਫੀ ਟਾਈਮ ਤੋਂ ਥੀਏਟਰ ਆਰਟਿਸਟ ਨੇ ਸਾਰੇ ਰੁਪਿੰਦਰ ਰੂਪੀ ਮੈਮ ਫਿਰ ਬੀਨੂ ਭਾਅ ਜੀ ਕਰਮਜੀਤ ਭਾਅ ਜੀ ਆਪਣੇ ਪੱਲਾ ਸਾਹਿਬ ਜਿੰਨੇ ਵੀ ਡਰਾਮਾ ਪਲੇ ਕਰਦੇ ਰਹੇ ਨੇ ਜਿੰਨੇ ਵੀ ਆਰਟਿਸਟ ਨੇ ਸਾਰੇ ਥੀਏਟਰ ਵਾਲੇ ਨੇ ਇਹ ਨਹੀਂ ਕਿ ਮੌਕਾ ਨਹੀਂ ਮਿਲਿਆ ਮਿਲਦਾ ਪਰ ਹਰ ਚੀਜ਼ ਟਾਈਮ ਦੇ ਨਾਲ ਹੁੰਦੀ ਹੈ ਜਿਵੇਂ ਮੈਂ ਆਪਣੀ ਗੱਲ ਕਰਾਂ ਕਿ ਯਾਰ ਮੈਨੂੰ ਟਾਈਮ ਨਹੀਂ ਮਿਲ ਰਿਹਾ ਯਾਰ ਮੈਨੂੰ ਮੌਕਾ ਨਹੀਂ ਮਿਲ ਰਿਹਾ ਇਸ ਲਾਈਨ ਦੇ ਵਿੱਚ ਅਤੇ ਮੈਂ ਇਹੀ ਸੋਚਦਾ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ੍ਹ ਬਣ ਜਾਏਗੀ ਗੱਲ ਕੋਈ ਚੱਕਰ ਨਹੀਂ ਲੱਗੇ
ਫਿਰ ਔਖਾ ਹੋ ਜਾਂਦਾ ਕੰਮ, ਬਸ ਲੱਗੇ ਰਹੋ। ਬਿਲਕੁਲ, ਤੇ ਹੌਸਲੇ ਬੁਲੰਦ ਹੋਣੇ ਚਾਹੀਦੇ, ਰੱਬ ਜ਼ਰੂਰ ਭਾਗ ਲੈਂਦਾ, ਹੌਸਲਾ ਨਹੀਂ ਹਾਰਨਾ ਚਾਹੀਦਾ ਕਿਉਂਕਿ ਵਕਤ ਤੇ ਕਦੀ ਵੀ ਆ ਜਾਂਦਾ। ਬਿਲਕੁਲ ਜੀ, ਤੁਹਾਨੂੰ ਕਦੀ ਵੀ ਮੈਂ ਇਹੀ ਗੱਲ ਕਹਿੰਦਾ ਨਾ ਕਿ ਤੁਹਾਡਾ ਯਕੀਨ ਹੋਣਾ ਬੜਾ ਜ਼ਰੂਰੀ ਹੈ ਕਿਸੇ ਵੀ ਚੀਜ਼ ਨੂੰ ਲੈ ਕੇ, ਚਾਹੇ ਤੁਹਾਡਾ ਕੋਈ ਵੀ ਕਿੱਤਾ ਤੁਸੀਂ ਕੁਛ ਵੀ ਕਰਨਾ ਚਾਹੁੰਦੇ ਹੋ ਨਾ, ਤੁਹਾਡਾ ਯਕੀਨ ਜ਼ਰੂਰੀ ਚਾਹੀਦਾ, ਭਰੋਸਾ ਚਾਹੀਦਾ, ਜੇ ਅੱਜ ਨਹੀਂ ਤਾਂ ਕੱਲ੍ਹ ਤੁਸੀਂ ਕਰ ਲਓਗੇ ਬਸ। ਬਿਲਕੁਲ, ਗੋਲੀ ਦੀ ਗੱਲ ਕਰੀਏ, ਕਿੰਨੀਆਂ ਕੁ ਗੋਲੀਆਂ ਚਲਾਉਣੀਆਂ ਨੇ ਔਰ ਕਿੱਦਾਂ ਦਾ ਰਹਿਣਾ ਚਾਹੀਦਾ? ਕਿਉਂਕਿ ਜਦ ਅਸੀਂ ਪੋਸਟਰ ਦੇਖਿਆ ਨਾ ਔਰ ਸਟਾਰਟਿੰਗ ਦੇ ਵਿੱਚ ਹਨੀ ਮੱਟੂ ਦਾ ਨਾਮ ਪੜ੍ਹ ਕੇ ਸਾਨੂੰ ਸੱਚੀ ਬੇਹੱਦ ਖੁਸ਼ੀ ਹੋਈ, ਕਿਉਂਕਿ ਜਦੋਂ ਵਾਰਨਿੰਗ ਦੇਖੀ ਸੀ ਨਾ ਉਦੋਂ ਅਸੀਂ ਇੱਕ ਅਲੱਗ ਹਨੀ ਮੱਟੂ ਦੇਖਿਆ ਸੀ ਔਰ ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਇਹ ਸੀ ਕਿ ਯੇਸ, ਇਹ ਮੁੰਡਾ ਕੁਛ ਵੱਖਰਾ ਕਰੂਗਾ, ਸਿਨੇਮੇ ਲਈ ਕੁਛ ਵੱਖਰਾ ਦਊਗਾ। ਔਰ ਇਹ ਪੋਸਟਰ ਦੇਖਣ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਮੀਡੀਆ ਪਰਸਨਸ ਨੂੰ ਬਹੁਤ ਖੁਸ਼ੀ ਹੋਈ ਕਿ ਹਾਂ ਯੇਸ, ਉਹ ਜਿਹੜੀ ਸਟਰਗਲ ਸੀਗੀ ਨਾ ਹੁਣ ਉਹ ਭਾਗ ਲਾ ਰਹੀ ਹੈਗੀ ਆ। ਸੋ ਹਨੀ, ਜਦੋਂ ਸਕ੍ਰਿਪਟ ਆਈ ਕਿ ਇੱਦਾਂ ਦੀ ਵੈਬ ਸੀਰੀਜ਼ ਹੈਗੀ ਔਰ ਵੈਬ ਸੀਰੀਜ਼ ਨੇ ਹੀ ਲਾਈਫ ਦੇ ਵਿੱਚ ਟਰਨਿੰਗ ਪੁਆਇੰਟ ਲਿਆਂਦਾ ਔਰ ਹੁਣ ਉਸ ਵੈਬ ਸੀਰੀਜ਼ ਦਾ ਹਿੱਸਾ ਜਿੱਥੇ ਹਾਂ ਪਹਿਲੇ ਨੰਬਰ ਤੇ ਹਨੀ ਮੱਟੂ ਨੂੰ ਰੱਖਿਆ ਜਾ ਰਿਹਾ, ਸੋ ਉਸ ਟਾਈਮ ਦੇ ਉੱਪਰ ਕੀ ਜਜ਼ਬਾਤ ਸੀਗੇ ਔਰ ਕਨਸੈਪਟ ਨੂੰ ਲੈ ਕੇ ਤੁਸੀਂ ਕਿੰਨੇ ਕੁ ਜ਼ਿਆਦਾ ਸ਼ੋਰ ਸੀਗੇ ਦੈਟ ਹਾਂ ਇਹ ਮੈਨੂੰ ਕਨਸੈਪਟ ਕਰਨਾ ਚਾਹੀਦਾ ਕਿਉਂਕਿ ਇਹ ਮੇਰੀ ਲਾਈਫ ਦੇ ਵਿੱਚ ਜੇ ਵੈਬ ਸੀਰੀਜ਼ ਉਹ ਟਰਨਿੰਗ ਪੁਆਇੰਟ ਸੀ ਤੇ ਇਹ ਹੋਰ ਟਰਨਿੰਗ ਪੁਆਇੰਟ। ਬਿਲਕੁਲ ਜੀ, ਇਹ ਚੀਜ਼ ਤਾਂ ਹੈ ਕਿ ਇਹ ਜੇ ਉਹ ਟਰਨਿੰਗ ਪੁਆਇੰਟ ਸੀਗਾ ਤੇ ਇਹ ਵੀ ਟਰਨਿੰਗ ਪੁਆਇੰਟ ਆ, ਕਿਉਂਕਿ ਮੈਂ ਜਿੱਦਾਂ ਦਾ ਕਰੈਕਟਰ ਸੁਣਿਆ, ਜਿੱਦਾਂ ਦੀ ਕਹਾਣੀ ਸੁਣੀ ਆ, ਬਹੁਤ ਇੰਟਰਸਟਿੰਗ ਆ ਕਿ ਜਿਹੜਾ ਗੋਲੀ ਆ ਗੋਲੀ ਕਿਵੇਂ ਬਣ ਗਿਆ, ਉਹਨੂੰ ਹਾਲਾਤਾਂ ਨੇ ਗੋਲੀ ਬਣਾ ਤਾ ਜਾਂ ਉਹਦੇ ਆਲੇ ਦੁਆਲੇ ਦੀਆਂ ਚੀਜ਼ਾਂ ਨੇ ਉਹਨੂੰ ਗੈਂਗਸਟਰ ਦਾ ਨਾਮ ਦੇ ਤਾ, ਹਾਲਾਂਕਿ ਉਹ ਨਹੀਂ ਸੀਗਾ ਇੱਦਾਂ ਦਾ, ਇੱਕ ਆਮ ਪਰਿਵਾਰ ਦਾ ਮੁੰਡਾ ਆ ਕਿਵੇਂ। ਮੈਂ ਤੁਸੀਂ ਆਪਣੇ ਆਮ ਜ਼ਿੰਦਗੀ 'ਚ ਵੀ ਵੇਖਿਆ ਹੋਣਾ ਵਾ ਕਿ ਕਈ ਵਾਰੀ ਬੰਦਾ ਡਿਸੀਜਨ ਲੈ ਲੈਂਦਾ, ਸੋਚ ਲੈਂਦਾ ਕਿ ਮੈਂ ਇੱਦਾਂ ਕਰਨਾ, ਉਹ ਕਰਨ ਤੋਂ ਬਾਅਦ ਫਿਰ ਸੋਚਦਾ ਵੀ ਯਾਰ ਮੈਨੂੰ ਨਹੀਂ ਕਰਨਾ ਚਾਹੀਦਾ, ਪਰ ਤੁਹਾਡੇ ਆਲੇ ਦੁਆਲੇ ਵਾਲੇ ਤੁਹਾਡੇ ਨਾਲ ਥੱਪਾ ਲਾ ਦਿੰਦੇ ਨੇ, ਨਹੀਂ ਨਹੀਂ ਇਹ ਉਹੀ ਹੈ ਯਾਰ, ਇਹਨੇ ਉਹ ਕੀਤਾ ਯਾਰ, ਇਹ ਚੋਰ ਆ ਯਾਰ, ਉਹ ਕਹਿੰਦਾ ਵੀਰ ਮੈਂ, ਮੇਰੇ ਕੋਲ ਗਲਤੀ ਨਾ ਹੋ ਗਈ, ਮੈਂ ਨਹੀਂ ਕੀਤੀ ਯਾਰ, ਮੈਂ ਨਹੀਂ ਕਰਨਾ ਚਾਹੁੰਦਾ, ਹੋ ਗਈ। ਪਰ ਉਹ ਤੁਹਾਨੂੰ ਬਾਰ ਬਾਰ ਰਿਪੀਟ ਕਰਾਈ ਜਾਂਦੀ, ਨਹੀਂ ਨਹੀਂ ਤੂੰ ਉਹੀ ਹੈ, ਤੂੰ ਉਹੀ। ਕੁਛ ਨਾ ਕੁਛ ਸਾਡੀ ਕਹਾਣੀ ਉੱਦਾਂ ਦੀ ਵੀ ਹੈ ਵੀ ਕਿਵੇਂ ਉਸ ਕਰੈਕਟਰ 'ਤੇ ਥੱਪਾ ਲਾ ਦਿੱਤਾ ਗਿਆ, ਕਿਵੇਂ ਉਹ ਬੰਦੇ ਨੂੰ ਕੀ ਬਣਾ ਦਿੱਤਾ ਗਿਆ। ਮਤਲਬ ਜੇ ਮੈਂ ਗੱਲ ਕਰਾਂ ਤਾਂ ਸਾਡੇ ਸਮਾਜ 'ਚ ਚੀਜ਼ਾਂ ਹੈਗੀਆਂ ਨੇ, ਚੱਲਦੀਆਂ ਨੇ ਕਿ ਤੁਹਾਡੇ ਆਲੇ ਦੁਆਲੇ ਦੇ ਕਈ ਐਸੇ ਲੋਕ ਹੁੰਦੇ ਤੁਹਾਨੂੰ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਉਸ ਲੀਗ 'ਚ ਲਿਆ ਕੇ ਖੜਾ ਕਰ ਦਿੰਦੇ ਨੇ ਤੁਹਾਨੂੰ ਕਹਿ ਕਹਿ ਕੇ। ਨਹੀਂ 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 ਯਾਰ, ਜੇ ਮੈਂ ਆਪਣੀ ਆਮ ਜ਼ਿੰਦਗੀ ਦੀ ਗੱਲ ਕਰਾਂ ਤਾਂ ਮੈਨੂੰ ਇਹ ਕਹਿ ਕਹਿ ਕੇ ਯਕੀਨ ਦਵਾ ਦਿੱਤਾ ਗਿਆ ਸੀਗਾ ਕਿ ਨਹੀਂ ਨਹੀਂ ਇਹ ਹੀਰੋ ਨਹੀਂ, ਇਹ ਕੋਈ ਉਹ ਥੋੜ੍ਹੀ ਕਰ ਸਕਦਾ, ਇਹਦੇ ਕੋਈ ਨੌਕਰ ਦਾ ਰੋਲ ਕਰ ਲਏਗਾ, ਕੋਈ ਐਵੇਂ ਦਾ ਰੋਲ ਕਰ ਲਏ। ਜਦੋਂ ਬੰਦੇ ਨੂੰ ਤੁਸੀਂ ਕਹਿਣਾ ਸ਼ੁਰੂ ਕਰ ਦਿੰਦੇ ਹੋ ਨਾ, ਉਹ ਫਿਰ ਆਲੇ ਦੁਆਲੇ ਤੁਹਾਡੇ ਜਿਹੜੇ ਹੋਰ ਲੋਕ ਨੇ ਉਹ ਵੀ ਸੋਚਦੇ ਆ ਵੀ ਨਹੀਂ ਨਹੀਂ ਯਾਰ ਇਹ ਉਹੀ ਕਰਦਾ ਹੋਊਗਾ, ਨਹੀਂ ਨਹੀਂ ਉੱਦਾਂ ਦੇ। ਜਿਵੇਂ ਆਪਾਂ ਗੱਲ ਕਰੀਏ ਆਪਣੀ ਇੰਡਸਟਰੀ ਦੀ, ਕੋਈ ਕਰੈਕਟਰ ਬੰਦਾ ਪਲੇ ਕਰਦਾ, ਚਾਹੇ ਉਹ ਕੌਮਿਕ ਆ ਚਾਹੇ ਉਹ ਵਿਲਨ ਵਾਲਾ, ਤਾਂ ਆਪਾਂ ਵੀ ਕਹਿੰਦੇ, ਆਪਾਂ ਕਹਿਣਾ ਸ਼ੁਰੂ ਕਰ ਦਿੰਦੇ ਨਹੀਂ ਉਹ ਕੌਮੇਡੀ ਕਰਦਾ, ਨਹੀਂ ਨਹੀਂ ਉਹ ਵਿਲਨ ਹੀ ਕਰਦਾ, ਕਿਤੇ ਨਾ ਕਿਤੇ ਆਪਾਂ ਵੀ ਉਹ ਚੀਜ਼ ਨੂੰ ਕਹਿ ਦਿੰਦੇ ਵੀ ਉਹ ਚੀਜ਼ ਦਾ ਨਾਮ ਦੇ ਦਿੰਦੇ, ਹਾਲਾਂਕਿ ਉਹ ਕਹਿੰਦਾ ਕਿ ਯਾਰ ਮੈਂ ਇਕੱਲਾ ਇਹ ਨਹੀਂ ਕਰ ਸਕਦਾ, ਮੈਂ ਬਹੁਤ ਕੁਛ ਕਰ ਸਕਦਾ, ਮੈਂ ਹੋਰ ਵੀ ਕੁਛ ਕਰ ਸਕਦਾ, ਜਾਂ ਮੇਰੇ ਕੋਲ ਗਲਤੀ ਨਾ ਆ ਗਿਆ ਠੀਕ ਹੈ ਲੀਵ ਕਰੋ ਇਹਨੂੰ ਅੱਗੇ ਵੇਖਾਂਗੇ। ਪਰ ਘੁੰਮ ਘੁੰਮ ਕੇ ਕਈ ਲੋਕ ਤੁਹਾਨੂੰ ਉੱਥੇ ਲੈ ਕੇ ਖੜਾ ਕਰ ਦਿੰਦੇ, ਇਹੀ ਸਾਡੀ ਕਹਾਣੀ ਦਾ ਮੇਨ ਮੁੱਦਾ ਕਿ ਕਿਵੇਂ ਗੋਲੀ ਨੂੰ ਜਾਣ ਬੁੱਝ ਕੇ ਗੋਲੀ ਬਣਾ ਦਿੱਤਾ ਗਿਆ ਔਰ ਗੋਲੀ ਕਿਵੇਂ ਬਣ ਗਿਆ। ਬਿਲਕੁਲ, ਸੋ ਹਨੀ ਜਿਵੇਂ ਤੁਸੀਂ ਕਿਹਾ ਕਿ ਮੈਨੂੰ ਵੀ ਲੋਕ ਕਹਿੰਦੇ ਸੀਗੇ ਕਿ ਇਹ ਨੌਕਰ ਦਾ ਕਿਰਦਾਰ ਕਰਨ ਲਈ ਬਣਿਆ ਜਾਂ ਇਹ ਐਕਟਰ ਨਹੀਂ ਬਣ ਸਕਦਾ, ਹੈ ਨਾ। ਕਹਿੰਦੇ ਜਦੋਂ ਸਾਡਾ ਔਰਾ ਨੈਗੇਟਿਵ ਹੋ ਜਾਂਦਾ ਨਾ, ਕਿਤੇ ਨਾ ਕਿਤੇ ਸਾਨੂੰ ਲੱਗਣ ਲੱਗ ਜਾਂਦਾ ਯਾਰ ਇੰਨੇ ਲੋਕ ਕਹਿ ਰਹੇ ਆ, ਹੋ ਸਕਦਾ ਕਿ ਮੈਂ ਨਾ ਹੀ ਕਰ ਸਕਾਂ। ਬਿਲਕੁਲ, ਸੋ ਇਸ ਚੀਜ਼ ਨੂੰ ਲੋਕਾਂ ਦੇ ਇਹਨਾਂ ਮਿਥਸ ਨੂੰ ਕਿੱਦਾਂ ਹਨੀ ਨੇ ਬ੍ਰੇਕ ਕੀਤਾ ਔਰ ਅੱਜ ਜਿੱਦਾਂ ਤੁਸੀਂ ਆਪਣਾ ਆਪ ਨੂੰ ਦੇਖ ਰਹੇ ਹੋ, ਹੈ ਨਾ, ਗੋਲੀ ਨੂੰ ਦੇਖ ਰਹੇ ਹੋ, ਆਪਣੇ ਕਿਰਦਾਰਾਂ ਨੂੰ ਦੇਖ ਰਹੇ, ਆਪਣੀ ਅਚੀਵਮੈਂਟਸ ਨੂੰ ਦੇਖ ਰਹੇ ਹੋ, ਉੱਥੇ ਤੱਕ ਕਿੱਦਾਂ ਪਹੁੰਚੇ? ਬਿਕੋਜ਼ ਅੱਜ ਵੀ ਸਾਡਾ ਸਮਾਜ ਕਿਤੇ ਨਾ ਕਿਤੇ ਦੱਬਣ, ਜਿਹੜਾ ਦੱਬਣ ਲੱਗ ਜਾਂਦਾ ਨਾ ਉਹਨੂੰ ਹੀ ਦਬਾਉਂਦੇ ਨੇ, ਜਿਹੜਾ ਆਵਾਜ਼ ਚੱਕ ਲੈਂਦਾ ਉਹਨੂੰ ਕੋਈ ਨਹੀਂ, ਉਹਨੂੰ ਕੋਈ ਨਹੀਂ ਦਬਾਉਂਦਾ। ਇਹ ਤਾਂ ਹੈ ਜੀ, ਜਿੱਥੇ ਤੁਸੀਂ ਦੱਬਣਾ ਸ਼ੁਰੂ ਕਰਤਾ ਤੁਹਾਨੂੰ ਦਬਾਉਂਦੇ ਨੇ ਲੋਕ, ਤੁਹਾਨੂੰ ਮਜਬੂਰ ਕਰ ਦਿੰਦੇ ਨੇ ਵੀ ਤੁਸੀਂ ਐਵੇਂ ਹੋ ਔਰ ਐਵੇਂ ਹੀ ਰਹੋਗੇ। ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਜਿੰਨੇ ਜੋ ਕਰਨਾ ਜੋ ਬੋਲਣਾ ਬੋਲੀ ਜਾਵੇ, ਮੈਂ ਜੋ ਕਰਨਾ ਮੈਨੂੰ ਮੇਰਾ ਨਿਸ਼ਾਨਾ ਪਤਾ ਹੈ, ਮੈਂ ਜਿੱਥੇ ਪਹੁੰਚਣਾ, ਹਾਂ ਮੈਨੂੰ ਮੇਰਾ ਨਿਸ਼ਾਨਾ ਪਤਾ, ਮੈਂ ਕੀ ਕਰਨਾ, ਮੈਂ ਕਿੱਥੇ ਪਹੁੰਚਣਾ। ਆਲੇ 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 ਦੁਆਲੇ ਦੀਆਂ ਗੱਲਾਂ ਨੂੰ ਤੁਸੀਂ ਇਗਨੋਰ ਕਰੋ, ਪਰ ਆਪਣਾ ਜਿਹੜਾ ਤੁਹਾਡਾ ਟੀਚਾ ਆ ਉਹ 'ਤੇ ਮਜ਼ਬੂਤ ਰਹੋ ਵੀ ਮੈਂ ਆਹ ਚੀਜ਼ਾਂ ਕਰਨੀਆਂ, ਤੁਸੀਂ ਇੱਕ ਦਿਨ ਕਰ ਜਾਂਦੇ ਹੋ। ਨਹੀਂ ਇਹ ਵੀ ਸਰਪ੍ਰਾਈਜ਼ ਹੀ ਹੈ ਕਿ ਮੈਂ ਗੋਲੀ ਨਾਲ ਮਾਰਨਾ ਜਾਂ ਕਿੱਦਾਂ ਮਾਰਨਾ, ਜਾਂ ਵੇਖੋ ਹੁਣ ਕਰੈਕਟਰ ਤੁਸੀਂ ਇੱਕ ਟਾਈਟਲ ਨੂੰ ਲੈ ਕੇ ਨਾ ਇਮੈਜੀਨੇਸ਼ਨ ਬੰਦੇ ਦੀਆਂ ਵੱਖਰੀਆਂ ਵੱਖਰੀਆਂ ਸੋਚਦਾ, ਕਈ ਚੀਜ਼ਾਂ ਸੋਚਦਾ ਜਿਵੇਂ ਤੁਸੀਂ ਵੀ ਸੋਚ ਰਹੇ ਹੋ, ਪਰ ਕਹਾਣੀ ਕੁਛ ਹੋਰ ਨਿਕਲ ਆਉਂਦੀ ਹੈ, ਕਹਾਣੀ ਕੁਛ ਹੋਰ ਹੁੰਦੀ ਹੈ। ਉਹੀ ਮੈਂ ਕਹਿ ਰਿਹਾ ਕਿ ਜਿਹੜਾ ਗੋਲੀ ਕਿਰਦਾਰ ਆ, ਇਹ ਗੋਲੀ ਕਿਵੇਂ ਬਣ ਗਿਆ, ਗੋਲੀ ਕਿਵੇਂ ਚੱਲ ਗਈ,
ਕੀ ਚੀਜ਼ਾਂ ਆਈਆਂ ਬਹੁਤ ਇੰਟਰਸਟਿੰਗ ਆ ਹਨੀ ਹੋਰ ਕੀ ਕੀ ਚੱਲ ਰਹੇ ਨੇ ਪ੍ਰੋਜੈਕਟਸ ਹੋਰ ਕਿਹੜੇ ਕਿਹੜੇ ਨੇ ਗੋਲੀ ਦੀ ਤੇ ਅਨਾਉਂਸਮੈਂਟ ਹੋ ਗਈ ਹੋਰ ਕਿੱਦਾਂ ਦੇ ਕਿਰਦਾਰ ਹਨੀ ਮੱਟੂ ਕਰਨਾ ਚਾਹੁੰਦਾ ਔਰ ਕਿੰਨਾ ਹੁਣ ਸ਼ੂਟਿੰਗ ਦੇ ਦੌਰਾਨ ਹੁਣ ਕਿਹੜੀ ਕਿਹੜੀ ਚੀਜ਼ਾਂ ਐਕਸਪਲੋਰ ਕਰ ਰਿਹਾ ਹੈਗਾ ਕਿੱਦਾਂ ਦੇ ਕਿਰਦਾਰ ਹੁੰਦੇ ਦੇਖੋ ਜੀ ਕਿਰਦਾਰ ਤਾਂ ਜਿਹੜਾ ਕਲਾਕਾਰ ਬੰਦਾ ਉਹਨੂੰ ਤੇ ਭੁੱਖ ਹੀ ਹੁੰਦੀ ਹੈ ਬਿਲਕੁਲ ਆਪਣੇ ਕੰਮ ਦੀ ਕਿ ਮੈਨੂੰ ਕਿਰਦਾਰ ਮਿਲਦੇ ਜਾਣ ਔਰ ਇਦਾਂ ਦਾ ਕੁਛ ਨਹੀਂ ਕਿ ਮੈਨੂੰ ਇਦਾਂ ਦਾ ਮਿਲੇ ਜਾਂ ਕੁਛ ਇਦਾਂ ਦਾ ਮਿਲੇ ਬਸ ਇਹ ਹੈ ਕਿ ਕੰਮ ਕਰਨਾ ਜਿਹੜਾ ਕਿਰਦਾਰ ਤੁਹਾਡੇ ਹਿੱਸੇ ਆਉਂਦਾ ਤੁਸੀਂ ਉਹਨੂੰ ਨਿਭਾਉਂਦੇ ਕਿਵੇਂ ਹੋ ਕਿੱਦਾਂ ਦਾ ਨਿਭਾਉਂਦੇ ਹੋ ਉਹ ਵੱਡੀ ਗੱਲ ਹੈ ਕਿ ਜਿਹੜਾ ਕਿਰਦਾਰ ਆ ਰਿਹਾ ਤੁਸੀਂ ਉਹਨੂੰ ਕਿਵੇਂ ਪਲੇ ਕਰਨਾ ਹੈ ਲੋਕਾਂ 'ਤੇ ਛਾਪ ਕਿਵੇਂ ਛੱਡਣੀ ਹੈ ਦਿਲਾਂ 'ਤੇ ਰਾਜ ਕਿਵੇਂ ਕਰਨਾ ਉਹ ਵੱਡੀ ਗੱਲ ਹੈ ਜੀ ਅਤੇ ਗਿੱਪੀ ਭਾਅ ਜੀ ਦਾ ਹੈ ਨਾ ਬਹੁਤ ਵੱਡਾ ਟਰਨਿੰਗ ਪੁਆਇੰਟ ਤੁਹਾਡੀ ਜ਼ਿੰਦਗੀ ਦੇ ਵਿੱਚ ਲਿਆਉਣ ਦੇ ਵਿੱਚ ਯੋਗਦਾਨ ਹੈ ਹੈ ਨਾ ਸੋ ਗਿੱਪੀ ਨੇ ਤੁਹਾਨੂੰ ਵਿਲਨ ਵੀ ਦਿਖਾਇਆ ਗਿੱਪੀ ਨੇ ਤੁਹਾਨੂੰ ਇੱਕ ਕੋਮੇਡੀਅਨ ਵੀ ਦਿਖਾਇਆ ਸੋ ਹੁਣ ਗਿੱਪੀ ਗਰੇਵਾਲ ਨਾਲ ਕੁਛ ਐਸਾ ਪ੍ਰੋਜੈਕਟ ਆ ਰਿਹਾ ਹੈਗਾ ਕਿ ਹਾਂ ਹੁਣ ਇੱਕ ਵੱਖਰਾ ਹੀ ਹਨੀ ਮੱਟੂ ਲੋਕਾਂ ਤੱਕ ਪਹੁੰਚੇ ਇੱਦਾਂ ਜੀ ਹੁਣ ਭਾਅ ਜੀ ਨਹੀਂ ਪਤਾ ਇੱਦਾਂ ਭਾਅ ਜੀ ਨੂੰ ਪਤਾ ਵੀ ਅੱਗੇ ਕੀ ਹੋਣਾ ਜਾਂ ਕੀ ਕਰਾਉਣਾ ਜਾਂ ਕੁਛ ਭਾਅ ਜੀ ਨੇ ਸੋਚਿਆ ਹੈਗਾ ਕਿ ਐਵੇਂ ਦੀ ਕਹਾਣੀ ਲਿਖਣੀ ਉਹਦੇ 'ਚ ਇਸ ਬੰਦੇ ਦਾ ਆਹ ਕਿਰਦਾਰ ਹੋਏਗਾ ਅਜੇ ਫਿਲਹਾਲ ਕੁਛ ਪਤਾ ਨਹੀਂ ਪਰ ਜੋ ਵੀ ਹੋਏ ਮਾਲਕ ਕਰੇ ਚੰਗਾ ਹੋਵੇ ਜੀ ਆਲ ਦਾ ਬੈਸਟ ਹੈ ਨਾ ਸਾਨੂੰ ਉਡੀਕ ਰਹੇਗੀ ਗੋਲੀ ਕੀ ਕਰਦਾ ਔਰ ਕਿੱਦਾਂ ਚੱਲਦੀ ਹੈ ਅਤੇ ਕੀ ਉਹ ਮੈਸੇਜਸ ਲੋਕਾਂ ਨੂੰ ਦੇ ਕੇ ਜਾਂਦਾ ਹੈ ਜੀ ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਕਿ ਕਹਾਣੀ ਦੇ ਵਿੱਚ ਜਿਹੜਾ ਕਿਰਦਾਰ ਹੈ ਜਿਹੜਾ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਵੀ ਸਾਰੇ ਵਿਲਨ ਇਕੱਠੇ ਹੋਏ ਨੇ ਸਾਰੀਆਂ ਚੀਜ਼ਾਂ ਠੀਕ ਹੈ ਉਹ ਸਾਡੀ ਕਹਾਣੀ ਦਾ ਆਲੇ ਦੁਆਲੇ ਦੀਆਂ ਸਾਰੀਆਂ ਜਿਹੜੀਆਂ ਕਹਾਣੀਆਂ ਜੋ ਆਪਣੇ ਆਪਾਂ ਆਮ ਜ਼ਿੰਦਗੀ 'ਚ ਦੇਖਦੇ ਹਾਂ ਜੋ ਅਸੀਂ ਗਾਣਾ ਸੁਣਦੇ ਹਾਂ ਜਿੱਦਾਂ ਦਾ ਕਰਦੇ ਹਾਂ ਉਹ ਕਿਤੇ ਨਾ ਤੁਹਾਡੇ 'ਤੇ ਪ੍ਰੈਸ਼ਰ ਪੈ ਹੀ ਜਾਂਦਾ ਜੇ ਅੱਜ ਕੱਲ੍ਹ ਦੇ ਜਵਾਕਾਂ ਦੀ ਗੱਲ ਕਰੀਏ ਮੈਂ ਵੀ ਉਹਨਾਂ 'ਚੋਂ ਹੀ ਹਾਂ ਮੈਂ ਜਿੱਦਾਂ ਦਾ ਮਾਹੌਲ ਦੇਖਦਾ ਬੰਦਾ ਉਹਦੇ ਅੰਦਰ ਆ ਜਾਂਦਾ ਔਰੇ 'ਚ ਆ ਜਾਂਦਾ ਆਉਣ ਤੋਂ ਬਾਅਦ ਹੁੰਦਾ ਕੀ ਹੈ ਕੀ ਉਹਦੇ ਰਿਜ਼ਲਟ ਨੇ ਉਹ ਤੁਹਾਨੂੰ ਸਾਡੀ ਕਹਾਣੀ 'ਚ ਵੇਖਣ ਨੂੰ ਮਿਲੂਗਾ ਬਿਲਕੁਲ ਬਿਲਕੁਲ ਆਲ ਦਾ ਬੈਸਟ ਹਨੀ ਜਲਦੀ ਫਿਰ ਤੋਂ ਮੁਲਾਕਾਤ ਹੋਵੇਗੀ ਔਰ ਸਾਨੂੰ ਉਡੀਕ ਰਹੇਗੀ ਗੋਲੀ ਦੀ ਅੱਜ ਲਈ ਇੰਨਾ ਹੀ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਅਤੇ ਮੇਰਾ ਰੱਬ ਰੱਖਾ